ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਸਮੇਂ ਵਿੱਚ ਹਰੇਕ ਚੀਜ਼ ਦੇ ਵਿੱਚ ਬਹੁਤ ਵਾਧਾ ਹੋ ਚੁੱਕਿਆ ਹੈ। ਪੂਰੇ ਮਹਾਂਪੁਰਖ ਸਮਤ ਬਖਸ਼ਦੇ ਹਨ ਕਿ ਦੁਨੀਆਂ ਦੇ ਵਿੱਚ ਹਰੇਕ ਚੀਜ਼ ਹੀ ਵੱਧ ਚੁੱਕੀ ਹੈ। ਦੁਨੀਆਂ ਦੀ ਜਨਸੰਖਿਆ ਬਹੁਤ ਵੱਧ ਚੁੱਕੀ ਹੈ। ਜਨਸੰਖਿਆ ਹਰ ਰੋਜ਼ ਹੀ ਵੱਧਦੀ ਜਾ ਰਹੀ ਹੈ। ਅਨਾਜ, ਕਣਕ, ਖਾਣ ਪੀਣ ਵਾਲੀਆਂ ਚੀਜ਼ਾਂ ਵੀ ਬਹੁਤ ਵੱਧ ਚੁੱਕੀਆਂ ਹਨ। ਹਸਪਤਾਲ, ਸਕੂਲ, ਕਾਲਜ ਵੀ ਵੱਧ ਚੁੱਕੇ ਹਨ। ਬਿਮਾਰੀਆਂ, ਚੋਰੀਆਂ, ਠੱਗੀਆਂ ਵੀ ਬਹੁਤ ਵੱਧ ਚੁੱਕੀਆਂ ਹਨ। ਸਭ ਤੋਂ ਜ਼ਿਆਦਾ ਟੈਕਨੋਲੋਜੀ ਵੱਧ ਚੁੱਕੀ ਹੈ। ਸ਼ਹਿਰ ਵੀ ਬਹੁਤ ਵੱਧ ਚੁੱਕੇ ਹਨ। ਜਿਸ ਕਿਸੇ ਵੀ ਚੀਜ਼ ਵੱਲ ਨਿਗਾਹ ਮਾਰੀਏ ਤਾਂ ਸਭ ਚੀਜ਼ ਹੀ ਵੱਧ ਚੁੱਕੀ ਹੈ। ਪਰ ਪੂਰੇ ਮਹਾਂਪੁਰਖ ਸਮਤ ਬਖਸ਼ਦੇ ਹਨ ਕਿ ਇੱਕ ਚੀਜ਼ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਘੱਟ ਚੁੱਕੀ ਹੈ। ਉਹ ਇਹ ਹੈ ਕਿ ਲੋਕਾਂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਭੈ ਭਾਵਨਾ ਸਭ ਤੋਂ ਵੱਧ ਘੱਟ ਚੁੱਕੀ ਹੈ। ਭਾਵੇਂ ਕੋਈ ਕਿਸੇ ਵੀ ਧਰਮ ਦਾ ਬੰਦਾ ਹੈ, ਹਰ ਬੰਦੇ ਦੀ ਰੱਬ ਤੋਂ ਭੈ ਭਾਵਨਾ ਘੱਟ ਚੁੱਕੀ ਹੈ। ਇਸੇ ਕਰਕੇ ਅੱਜ ਹਸਪਤਾਲ ਭਰੇ ਪਏ ਹਨ। ਹਰ ਰੋਜ਼ ਹੀ ਕੋਈ ਨਾ ਕੋਈ ਨਵੀਂ ਬਿਮਾਰੀ ਪੈਦਾ ਹੋ ਰਹੀ ਹੈ। ਇਸੇ ਕਰਕੇ ਗੁਰੂ ਸਾਹਿਬਾਂ ਨੇ ਗੁਰਬਾਣੀ ਦੇ ਵਿੱਚ ਫਰਮਾਇਆ ਹੈ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਅੱਜ ਦੇ ਸਮੇਂ ਵਿੱਚ ਛੋਟੇ ਬੱਚਿਆਂ ਨੂੰ ਵੀ ਉਹ ਬਿਮਾਰੀਆਂ ਲੱਗ ਰਹੀਆਂ ਹਨ ਜਿਹੜੀਆਂ ਕਿ ਪਹਿਲਾਂ 80-90 ਸਾਲ ਦੇ ਬਜ਼ੁਰਗਾਂ ਨੂੰ ਵੀ ਨਹੀਂ ਲੱਗਦੀਆਂ ਸਨ। ਹਰ ਰੋਜ਼ ਹੀ ਆਪਾਂ ਸੁਣਦੇ ਹਾਂ ਤੇ ਦੇਖਦੇ ਹਾਂ ਕਿ ਨੌਜਵਾਨ ਬੰਦੇ ਨੂੰ ਹਾਰਟ ਅਟੈਕ ਹੋ ਗਿਆ, ਨੌਜਵਾਨ ਬੰਦੇ ਦੀਆਂ ਕਿਡਨੀਆਂ ਖਰਾਬ ਹੋ ਗਈਆਂ। ਅੱਜ ਕੱਲ੍ਹ ਹੁਣ ਇਹ ਕਹਿ ਰਹੇ ਹਨ ਕਿ ਜਿਨ੍ਹਾਂ ਨੇ ਕਰੋਨਾ ਦੇ ਟੀਕੇ ਲਗਵਾਏ ਸਨ ਉਹਨਾਂ ਨੂੰ ਇਹ ਸਭ ਬਿਮਾਰੀਆਂ ਹੋ ਰਹੀਆਂ ਹਨ। ਪਰ ਪੂਰੇ ਮਹਾਂਪੁਰਖਾਂ ਨੇ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ ਕਿ ਇਹ ਕਰੋਨਾ ਦੇ ਟੀਕੇ ਨਹੀਂ ਲਗਵਾਉਣੇ ਚਾਹੀਦੇ, ਇਹ ਟੀਕੇ ਠੀਕ ਨਹੀਂ ਹਨ। ਜੋ ਮਹਾਂਪੁਰਖਾਂ ਦੇ ਸੰਗੀ ਹਨ ਉਹਨਾਂ ਨੇ ਕਿਸੇ ਨੇ ਵੀ ਕਰੋਨਾ ਦੇ ਟੀਕੇ ਨਹੀਂ ਲਗਵਾਏ। ਮਹਾਂਪੁਰਖਾਂ ਨੇ ਕਰੋਨਾ ਨੂੰ ਖਤਮ ਕਰਨ ਵਾਸਤੇ 15 ਇਕੋਤਰੀਆਂ ਕਰਵਾਈਆਂ, ਭਾਵ 1500 ਅਖੰਡ ਪਾਠ ਕਰਵਾਏ। ਜਿਹੜੇ ਨਕਲੀ ਪਖੰਡੀ ਸੰਤ ਬਣੇ ਫਿਰਦੇ ਸਨ ਉਹ ਤਾਂ ਕਰੋਨਾ ਦੇ ਸਮੇਂ ਆਪਣੇ ਕਮਰਿਆਂ ਵਿੱਚੋਂ ਬਾਹਰ ਹੀ ਨਹੀਂ ਨਿਕਲੇ ਕਿ ਕਿਤੇ ਸਾਨੂੰ ਵੀ ਕਰੋਨਾ ਨਾ ਚਿੰਬੜ ਜਾਵੇ। ਹੁਣ ਅੱਜ ਉਹੀ ਪਖੰਡੀ ਸੰਤ ਬੜੇ ਚੌੜੇ ਹੋ ਕੇ ਬਾਹਰਲੇ ਮੁਲਕਾਂ ਵਿੱਚ ਲੋਕਾਂ ਦੇ ਘਰਾਂ ਵਿੱਚ ਚਰਨ ਪਾਉਂਦੇ ਫਿਰ ਰਹੇ ਹਨ। ਜਦੋਂ ਕਰੋਨਾ ਫੈਲਿਆ ਹੋਇਆ ਸੀ ਉਦੋਂ ਉਹ ਆਪਣੇ ਕਮਰਿਆਂ ਵਿੱਚੋਂ ਬਾਹਰ ਹੀ ਨਹੀਂ ਨਿਕਲੇ। ਪੂਰੇ ਮਹਾਂਪੁਰਖਾਂ ਨੇ ਕਰੋਨਾ ਦੇ ਸਮੇਂ ਵਿੱਚ 24 ਘੰਟੇ ਹੀ ਸੰਗਤ ਭੁਗਤਾਈ। ਜੇ ਕੋਈ ਅੱਧੀ ਰਾਤ ਨੂੰ ਵੀ ਕਰੋਨਾ ਦਾ ਮਰੀਜ਼ ਆ ਜਾਂਦਾ ਸੀ ਤਾਂ ਮਹਾਂਪੁਰਖ ਉਸਨੂੰ ਬਿਨਾਂ ਟੀਕੇ ਗੋਲੀ ਦਵਾਈ ਤੋਂ ਠੀਕ ਕਰਕੇ ਘਰ ਵਾਪਸ ਭੇਜ ਦਿੰਦੇ ਸਨ।
ਇਹ ਦਾਸ ਕੋਈ ਸੁਣੀ ਸੁਣਾਈ ਗੱਲ ਨਹੀਂ ਦੱਸ ਰਿਹਾ, ਇਹ ਸਭ ਦਾਸ ਨੇ ਆਪਣੀਆਂ ਅੱਖਾਂ ਨਾਲ ਦੇਖਿਆ। ਕਿਉਂਕਿ ਉਸ ਸਮੇਂ ਦਾਸ ਵੀ ਉੱਥੇ ਪਾਠਾਂ ਦੀ ਸੇਵਾ 'ਤੇ ਸੀ। ਪੂਰੇ ਮਹਾਂਪੁਰਖਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜੇ ਕਰੋਨਾ ਨੂੰ ਖਤਮ ਕਰਨਾ ਹੈ ਤਾਂ ਨਾਮ ਦਾ ਪ੍ਰਵਾਹ ਚਲਾਓ, ਇਕੌਤਰੀਆਂ ਕਰਵਾਓ, ਫਿਰ ਇਹ ਕਰੋਨਾ ਖਤਮ ਹੋਵੇਗਾ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਗੁਰਬਾਣੀ ਤਿੰਨ ਕਾਲ ਸੱਤ ਹੈ, ਪਿੱਛੇ ਵੀ, ਹੁਣ ਵੀ, ਅੱਗੇ ਵੀ। ਕਿਉਂਕਿ ਗੁਰੂ ਸਾਹਿਬਾਂ ਨੇ ਗੁਰਬਾਣੀ ਵਿੱਚ ਫਰਮਾਇਆ ਹੈ, ਸਰਬ ਰੋਗ ਕਾ ਔਖਦ ਨਾਮ। ਅੱਜ ਦੇ ਸਮੇਂ ਵਿੱਚ ਲੋਕਾਂ ਦੀ ਸ਼ਰਧਾ ਭਾਵਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਭ ਤੋਂ ਵੱਧ ਘੱਟ ਚੁੱਕੀ ਹੈ, ਜਿਸ ਕਰਕੇ ਲੋਕ ਗੁਰੂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਰਾ ਵੀ ਭੈ ਨਹੀਂ ਮੰਨਦੇ। ਦਾਸ ਦੇ ਅੱਖੀਂ ਦੇਖਣ ਦੀ ਗੱਲ ਹੈ, ਕਈ ਲੋਕ ਗੁਰੂ ਘਰ ਜਾ ਕੇ ਇਸ ਤਰ੍ਹਾਂ ਸੋਚਦੇ ਹਨ ਜਿਵੇਂ ਕਿਸੇ ਮੇਲੇ ਜਾਂ ਪਿਕਨਿਕ 'ਤੇ ਆਏ ਹੋਈਏ। ਉਹ ਗੁਰੂ ਘਰ ਵਿੱਚ ਇੱਕ ਕੋਨੇ 'ਤੇ ਬੈਠ ਕੇ ਆਉਂਦੀਆਂ ਜਾਂਦੀਆਂ ਬੀਬੀਆਂ ਨੂੰ ਹੀ ਦੇਖਦੇ ਰਹਿੰਦੇ ਹਨ। ਇਸ ਗੱਲ ਦੇ ਉੱਪਰ ਹਰ ਕੋਈ ਪ੍ਰਚਾਰਕ ਗੱਲ ਨਹੀਂ ਕਰਦਾ, ਕਿਉਂਕਿ ਕਈ ਪ੍ਰਚਾਰਕ, ਕਥਾਵਾਚਕ ਜਾਂ ਕੀਰਤਨ ਕਰਨ ਵਾਲੇ ਵੀ ਇਹੀ ਕੰਮ ਕਰਦੇ ਰਹਿੰਦੇ ਹਨ। ਪਰ ਦਾਸ ਤੁਹਾਨੂੰ ਪ੍ਰੈਕਟੀਕਲ ਗੱਲ ਦੱਸਦਾ ਹੈ ਕਿ ਇਹ ਕੰਮ ਕਰਨ ਨਾਲ ਕੀ ਹੁੰਦਾ ਹੈ। ਇਹ ਜੋ ਦਾਸ ਤੁਹਾਨੂੰ ਗੱਲ ਦੱਸਣ ਲੱਗਿਆ ਹੈ, ਇਹ ਮੈਂ ਕਿਤੋਂ ਸੁਣੀ ਨਹੀਂ ਜਾਂ ਪੜ੍ਹੀ ਨਹੀਂ, ਇਹ ਮੇਰੇ ਅੱਖੀਂ ਦੇਖਣ ਦੀ ਗੱਲ ਹੈ। ਪੂਰੇ ਮਹਾਂਪੁਰਖਾਂ ਦੀ ਸੰਗਤ ਕਰਦੇ ਹੋਏ ਤਕਰੀਬਨ ਦਾਸ ਨੂੰ 30 ਸਾਲ ਤੋਂ ਜ਼ਿਆਦਾ ਹੋ ਚੁੱਕੇ ਹਨ। ਕਈ ਨੌਜਵਾਨ ਮੁੰਡਿਆਂ ਨੂੰ ਦਾਸ ਕਈ ਸਾਲਾਂ ਤੋਂ ਦੇਖਦਾ ਆ ਰਿਹਾ ਸੀ। ਉਹ ਮੁੰਡੇ ਸਾਡੇ ਸ਼ਹਿਰ ਦੇ ਹੀ ਰਹਿਣ ਵਾਲੇ ਸਨ। ਜਦੋਂ ਵੀ ਮੱਸਿਆ ਜਾਂ ਪੂਰਨਮਾਸ਼ੀ ਹੁੰਦੀ ਸੀ ਤਾਂ ਉਹ ਮੁੰਡੇ ਪੂਰੇ ਵਧੀਆ ਕੱਪੜੇ ਪਾ ਕੇ, ਬਹੁਤ ਵਧੀਆ ਪੱਗਾਂ ਬੰਨ੍ਹ ਕੇ, ਦਾੜੀਆਂ ਵਿੱਚ ਕੁੰਡਲ ਪਵਾ ਕੇ ਮਹਾਂਪੁਰਖਾਂ ਦੇ ਠਾਠ 'ਤੇ ਆਉਂਦੇ ਸਨ। ਠਾਠ ਤੋਂ ਭਾਵ ਹੈ ਕਿ ਗੁਰੂ ਘਰ ਆਉਂਦੇ ਸਨ। ਮੱਸਿਆਂ ਨੂੰ ਮਹਾਂਪੁਰਖਾਂ ਦੇ ਠਾਠ 'ਤੇ 50-60 ਹਜ਼ਾਰ ਸੰਗਤ ਦਾ ਇਕੱਠ ਹੁੰਦਾ ਹੈ। ਉਹਨਾਂ ਮੁੰਡਿਆਂ ਨੇ ਠਾਠ 'ਤੇ ਆ ਕੇ ਦੀਵਾਨ ਹਾਲ ਵਿੱਚ ਸਭ ਤੋਂ ਪਿੱਛੇ ਕੰਧ ਨਾਲ ਢੋ ਲਗਾ ਕੇ ਬੈਠ ਜਾਣਾ। ਉਹਨਾਂ ਨੇ ਕੋਈ ਸੇਵਾ ਨਹੀਂ ਕਰਨੀ, ਬਸ ਪ੍ਰਸ਼ਾਦਾ ਪਾਣੀ ਛੱਕ ਕੇ ਉਹ ਸਭ ਤੋਂ ਪਿੱਛੇ ਜਾ ਕੇ ਬੈਠ ਜਾਂਦੇ ਸਨ। ਪਿੱਛੇ ਬੈਠ ਕੇ ਉਹਨਾਂ ਨੇ ਆਉਂਦੀਆਂ ਜਾਂਦੀਆਂ ਬੀਬੀਆਂ ਵੱਲ ਦੇਖਦੇ ਰਹਿਣਾ। ਉਹਨਾਂ ਨੂੰ ਕੋਈ ਸ਼ਰਮ, ਕੋਈ ਭੈ ਨਹੀਂ ਹੁੰਦਾ ਸੀ। ਮਹਾਂਪੁਰਖ ਬਚਨਾਂ ਵਿੱਚ ਬਹੁਤ ਵਾਰ ਇਹ ਬਚਨ ਸੁਣਾਇਆ ਕਰਦੇ ਹਨ ਕਿ ਇਹ ਗੁਰੂ ਘਰ ਕੋਈ ਡਰਾਮਾ, ਨਕਲਾਂ ਜਾਂ ਸਰਕਸ ਨਹੀਂ ਹੈ। ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸੱਚਾ ਦਰਬਾਰ ਹੈ। ਇੱਥੇ ਬਹੁਤ ਭੈ ਭਾਵਨਾ ਅਤੇ ਸ਼ਰਧਾ ਨਾਲ ਆਉਣਾ ਚਾਹੀਦਾ ਹੈ। ਜਿਹੜਾ ਬੰਦਾ ਇੱਥੇ ਆ ਕੇ ਬਖਸ਼ਿਆ ਗਿਆ, ਉਸਨੂੰ ਦੁਨੀਆਂ ਦੇ ਤਖ਼ਤੇ 'ਤੇ ਕੋਈ ਧੱਕਣ ਵਾਲਾ ਨਹੀਂ ਜੰਮਿਆ। ਪਰ ਜਿਸ ਬੰਦੇ ਨੂੰ ਇੱਥੇ ਦਾ ਧੱਕਾ ਲੱਗ ਗਿਆ, ਉਸਨੂੰ ਕੋਈ ਵੀ ਲੋਕ ਪਰਲੋਕ ਵਿੱਚ ਬਖਸ਼ ਨਹੀਂ ਸਕਦਾ।
ਉਹ ਕਦੇ ਵੀ ਬਖਸ਼ਿਆ ਨਹੀਂ ਜਾਂਦਾ। ਸੱਪ ਦੇ ਡੰਗੇ ਦਾ ਤਾਂ ਇਲਾਜ ਹੈ, ਪਰ ਇੱਥੋਂ ਡੰਗੇ ਦਾ ਕਿਤੇ ਵੀ ਕੋਈ ਇਲਾਜ ਨਹੀਂ ਹੈ। ਇਹ ਬਚਨ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਰਿਆ ਕਰਦੇ ਸਨ, ਪਰ ਕਈ ਬੰਦੇ ਇਹੋ ਜਿਹੇ ਬਚਨ ਸੁਣ ਕੇ ਵੀ ਸੁਧਰਦੇ ਨਹੀਂ। ਉਹ ਮੁੰਡੇ ਕਈ ਸਾਲ ਇਸੇ ਤਰ੍ਹਾਂ ਆਉਂਦੇ ਰਹੇ ਅਤੇ ਉਹੀ ਹਰਕਤਾਂ ਕਰਦੇ ਰਹੇ। ਦਾਸ ਉਹਨਾਂ ਨੂੰ ਹਰ ਵਾਰ ਦੇਖਦਾ ਸੀ ਕਿ ਇਹਨਾਂ ਨੂੰ ਗੁਰੂ ਸਾਹਿਬਾਂ ਦਾ, ਮਹਾਂਪੁਰਖਾਂ ਦਾ ਕੋਈ ਡਰ ਭੈ ਨਹੀਂ ਹੈ। ਉਹਨਾਂ ਦਾ ਇੱਕ ਸਾਥੀ ਲੰਗਰ ਵਿੱਚ ਆ ਕੇ ਇੱਕ ਪਾਸੇ ਬੈਠ ਜਾਂਦਾ ਸੀ। ਉਹ ਲੰਗਰ ਵਿੱਚ ਬੈਠ ਕੇ ਬੀਬੀਆਂ ਵੱਲ ਦੇਖਦਾ ਰਹਿੰਦਾ ਸੀ। ਫਿਰ ਜੋ ਬੰਦਾ ਬੀਜ ਬੀਜਦਾ ਹੈ ਉਹ ਹੌਲੀ ਹੌਲੀ ਹਰਾ ਹੋ ਜਾਂਦਾ ਹੈ। ਇਹ ਗੱਲ ਕੱਲੀ ਨੌਜਵਾਨ ਮੁੰਡਿਆਂ ਦੀ ਨਹੀਂ ਹੈ, ਕਈ ਬਜ਼ੁਰਗ ਬੰਦੇ ਵੀ ਇਹੀ ਕੰਮ ਕਰਨ 'ਤੇ ਲੱਗੇ ਰਹਿੰਦੇ ਹਨ। ਪਰ ਇਸਦਾ ਰਿਜ਼ਲਟ ਕੀ ਨਿਕਲਿਆ ਉਹ ਸੁਣੋ ਜੀ। ਉਹਨਾਂ ਮੁੰਡਿਆਂ ਵਿੱਚੋਂ ਇੱਕ ਮੁੰਡੇ ਦਾ ਤਾਂ ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ, ਪਰ ਉਸਦੀ ਜਾਨ ਬਚ ਗਈ। ਪਰ ਫੇਰ ਵੀ ਉਹ ਸੁਧਰਿਆ ਨਹੀਂ। ਉਹ ਮੁੰਡਾ ਉਹੀ ਕੁਝ ਕਰਦਾ ਰਿਹਾ। ਫੇਰ ਕੁਝ ਸਮੇਂ ਬਾਅਦ ਉਸਦਾ ਵਿਆਹ ਹੋ ਗਿਆ। ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਉਸਦੀ ਘਰਵਾਲੀ ਲੜ ਕੇ ਆਪਣੇ ਪੇਕੇ ਚਲੀ ਗਈ। ਫਿਰ ਹੌਲੀ ਹੌਲੀ ਗੱਲ ਵੱਧਦੀ ਵੱਧਦੀ ਤਲਾਕ 'ਤੇ ਪਹੁੰਚ ਗਈ। ਫਿਰ ਉਸ ਮੁੰਡੇ ਦਾ ਤਲਾਕ ਹੋ ਗਿਆ। ਉਸ ਤੋਂ ਬਾਅਦ ਉਸਨੇ ਠਾਠ 'ਤੇ ਆਉਣਾ ਬੰਦ ਕਰ ਦਿੱਤਾ। ਹੁਣ ਉਸਦੇ ਘਰ ਦੀ ਹਾਲਤ ਬਹੁਤ ਖਰਾਬ ਹੈ। ਨਾ ਹੀ ਉਹ ਮੁੰਡਾ ਕੋਈ ਕੰਮ ਕਾਰ ਕਰਦਾ ਹੈ। ਉਸਦੇ ਮਾਤਾ ਪਿਤਾ ਬਹੁਤ ਦੁਖੀ ਹਨ। ਜਿਹੜਾ ਮੁੰਡਾ ਲੰਗਰ ਵਿੱਚ ਆ ਕੇ ਬੈਠਦਾ ਸੀ ਉਸਦੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ। ਉਸਦਾ ਵੀ ਵਿਆਹ ਤੋਂ ਬਾਅਦ ਤਲਾਕ ਹੋ ਗਿਆ ਅਤੇ ਉਸਨੇ ਵੀ ਉੱਥੇ ਆਉਣਾ ਛੱਡ ਦਿੱਤਾ। ਇੱਕ ਹੋਰ ਬੰਦਾ ਸੀ, ਉਸਦੇ ਵਿਆਹ ਨੂੰ ਕਾਫੀ ਸਮਾਂ ਹੋ ਚੁੱਕਿਆ ਸੀ। ਉਸਦੇ ਦੋ ਮੁੰਡੇ ਵੀ ਸਨ। ਉਹ ਦੇਖਣ ਵਿੱਚ ਤਾਂ ਬਹੁਤ ਸ਼ਰੀਫ ਲੱਗਦਾ ਸੀ। ਉਸ ਨਾਲ ਕਈ ਵਾਰ ਮੇਰੀ ਕਿਸੇ ਕੰਮ ਦੇ ਸਿਲਸਿਲੇ ਵਿੱਚ ਮੁਲਾਕਾਤ ਹੋਈ। ਉਸ ਸਮੇਂ ਦਾਸ ਦਾ ਵਿਆਹ ਨਹੀਂ ਹੋਇਆ ਸੀ। ਜਦੋਂ ਮੈਂ ਉਸ ਬੰਦੇ ਨੂੰ 2-4 ਵਾਰ ਮਿਲਿਆ ਤਾਂ ਉਹ ਬੰਦਾ ਬਹੁਤ ਹੀ ਹੋਰ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਿਆ। ਮੈਨੂੰ ਉਸਨੇ ਗਲਤ ਰਸਤੇ 'ਤੇ ਚੱਲਣ ਲਈ ਬੜਾ ਪ੍ਰੇਰਿਆ। ਮੈਂ ਮਨ ਵਿੱਚ ਸੋਚ ਰਿਹਾ ਸੀ ਕਿ ਇਹ ਬੰਦਾ ਦੇਖਣ ਨੂੰ ਤਾਂ ਬਹੁਤ ਸਾਊ ਅਤੇ ਸ਼ਰੀਫ ਲੱਗਦਾ ਹੈ, ਪਰ ਇਹ ਤਾਂ ਬਹੁਤ ਗਲਤ ਸਲਾਹਾਂ ਦੇ ਰਿਹਾ ਹੈ। ਇਸ ਨੂੰ ਮਹਾਂਪੁਰਖਾਂ ਦਾ, ਗੁਰੂ ਸਾਹਿਬਾਂ ਦਾ ਕੋਈ ਡਰ ਭੈ ਨਹੀਂ ਹੈ, ਜਦਕਿ ਇਹ ਵੀ ਪੂਰੇ ਮਹਾਂਪੁਰਖਾਂ ਦੀ ਸੰਗਤ 'ਤੇ ਸੇਵਾ ਕਰਦਾ ਹੈ ਅਤੇ ਦਾਸ ਵੀ ਕਰਦਾ ਹੈ। ਇੰਨੀ ਪ੍ਰਤੱਖ ਸ਼ਕਤੀ ਵਰਤਦੀ ਦੇਖ ਕੇ ਵੀ ਉਸਨੂੰ ਕੋਈ ਡਰ ਭੈ ਨਹੀਂ ਸੀ। ਸ਼ਾਰਟ ਵਿੱਚ ਕੁਝ ਸਮਾਂ ਬੀਤਿਆ, ਇਸ ਬੰਦੇ ਦਾ ਵੀ ਘਰਵਾਲੀ ਦੇ ਨਾਲ ਰੌਲਾ ਪੈ ਗਿਆ। ਇਸਦੀ ਘਰਵਾਲੀ ਨੇ ਇਸ ਨੂੰ ਤਲਾਕ ਦੇ ਦਿੱਤਾ ਅਤੇ ਦੋਨੋਂ ਮੁੰਡਿਆਂ ਨੂੰ ਵੀ ਉਹ ਨਾਲ ਹੀ ਲੈ ਗਈ। ਹੁਣ ਉਹ ਬੰਦਾ ਇਕੱਲਾ ਅੱਜ ਵੀ ਧੱਕੇ ਖਾਂਦਾ ਫਿਰ ਰਿਹਾ ਹੈ। ਹੁਣ ਸਾਧ ਸੰਗਤ ਜੀ, ਇੱਕ ਗੱਲ ਸਭ ਤੋਂ ਸਿਰੇ ਦੀ ਮਹਾਂਪੁਰਖ ਦੱਸਦੇ ਹਨ ਕਿ ਜੇ ਬੰਦਾ ਕਿਤੇ ਬਾਹਰ ਦੁਨੀਆਂ ਵਿੱਚ ਕੋਈ ਪਾਪ ਕਰੇ ਅਤੇ ਗੁਰੂ ਘਰ ਆ ਕੇ
ਉਹ ਸੱਚੇ ਮਨ ਨਾਲ ਮਾਫ਼ੀ ਮੰਗ ਲਵੇ ਕਿ ਅੱਗੇ ਤੋਂ ਮੈਂ ਇਹ ਗਲਤੀ ਨਹੀਂ ਕਰਦਾ ਤਾਂ ਉਹ ਬਖਸ਼ਿਆ ਜਾਂਦਾ ਹੈ। ਪਰ ਜੇ ਬੰਦਾ ਉਲਟਾ ਗੁਰੂ ਘਰ ਵਿੱਚ ਆ ਕੇ ਪਾਪ ਕਰੇ ਤਾਂ ਦੱਸੋ ਉਹ ਕਿੱਥੇ ਬਖਸ਼ਿਆ ਜਾਵੇਗਾ? ਉਹ ਕਿਤੇ ਵੀ ਬਖਸ਼ਿਆ ਨਹੀਂ ਜਾਂਦਾ। ਜਿਸ ਤਰ੍ਹਾਂ ਦੀ ਭਾਵਨਾ ਦੇ ਨਾਲ ਬੰਦਾ ਗੁਰੂ ਘਰ ਜਾਂਦਾ ਹੈ ਉਸਨੂੰ ਉਹ ਜਿਹਾ ਹੀ ਫਲ ਮਿਲਦਾ ਹੈ। ਮਹਾਂਪੁਰਖਾਂ ਦੇ ਇਹੋ ਜਿਹੇ ਬਚਨ ਬੰਦੇ ਦੀ ਜ਼ਿੰਦਗੀ ਦਾ ਪਲਟਾ ਲਿਆ ਕੇ ਰੱਖ ਦਿੰਦੇ ਹਨ। ਕਈ ਕੱਚੇ ਪਿੱਲੇ ਪ੍ਰਚਾਰਕ ਐਵੇਂ ਬੇਫਜ਼ੂਲ ਦੀ ਗੁਰੂ ਸਾਹਿਬਾਂ ਦੇ ਇਤਿਹਾਸ ਨੂੰ ਲੈ ਕੇ ਬਹਿਸ ਕਰਦੇ ਰਹਿੰਦੇ ਹਨ ਕਿ ਗੁਰੂ ਸਾਹਿਬਾਂ ਨੇ ਇਹ ਕੀਤਾ ਸੀ, ਗੁਰੂ ਸਾਹਿਬਾਂ ਨੇ ਆਹ ਨਹੀਂ ਕੀਤਾ ਸੀ। ਇਸ ਤਰ੍ਹਾਂ ਦੀਆਂ ਗੱਲਾਂ ਵੀਡੀਓ ਸੁਣ ਕੇ ਕਿਸੇ ਦੀ ਵੀ ਜ਼ਿੰਦਗੀ ਦਾ ਪਲਟਾ ਨਹੀਂ ਆਉਂਦਾ। ਇਹ ਤਾਂ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦੇਣ ਵਾਲੀਆਂ ਗੱਲਾਂ ਹਨ। ਬੰਦਾ ਆਪਣੇ ਔਗਣਾਂ ਨੂੰ ਤਾਂ ਦੇਖਦਾ ਨਹੀਂ, ਆਪਣੇ ਜੀਵਨ ਵਿੱਚ ਤਾਂ ਕੋਈ ਬਦਲਾਵ ਨਹੀਂ ਲਿਆਉਂਦਾ। ਐਵੇਂ ਪੂਰੀ ਦੁਨੀਆ ਦਾ ਹੱਲ ਕੱਢਣ ਲਈ ਵਾਧੂ ਦੀਆਂ ਗੱਲਾਂ ਦੀ ਚਰਚਾ ਵਿੱਚ ਲੱਗਿਆ ਰਹਿੰਦਾ ਹੈ। ਆਪਣੇ ਘਰ ਦਾ ਤਾਂ ਪਤਾ ਨਹੀਂ ਲੱਗਦਾ ਕਿ ਮੇਰੇ ਘਰ ਵਿੱਚ ਕੀ ਹੋ ਰਿਹਾ ਹੈ। ਇਸ ਕਰਕੇ ਗੁਰਬਾਣੀ ਵਿੱਚ ਲਿਖਿਆ ਹੈ ਕਿ ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁੱਖ ਹੋਏ। ਹੋਰ ਵੀ ਬਹੁਤ ਬੰਦਿਆਂ ਨੂੰ ਦਾਸ ਜਾਣਦਾ ਹੈ ਜਿਨ੍ਹਾਂ ਨੇ ਗੁਰੂ ਘਰ ਵਿੱਚ ਜਾ ਕੇ ਪੁੱਠੇ ਕੰਮ ਕੀਤੇ ਅਤੇ ਉਸਦਾ ਰਿਜ਼ਲਟ ਇਸੇ ਤਰ੍ਹਾਂ ਦਾ ਨਿਕਲਿਆ। ਕਈ ਕਹਿਣ ਲੱਗ ਜਾਂਦੇ ਹਨ ਕਿ ਫਲਾਣੇ ਦਾ ਮੁੰਡਾ ਤਾਂ ਬੜਾ ਗੁਰੂ ਘਰ ਜਾਂਦਾ ਸੀ, ਪੂਰੇ ਮਹਾਂਪੁਰਖਾਂ ਦੀ ਸੰਗਤ ਕਰਦਾ ਸੀ, ਫੇਰ ਵੀ ਉਸਦਾ ਘਰ ਉੱਜੜ ਗਿਆ, ਉਸਦਾ ਤਲਾਕ ਹੋ ਗਿਆ, ਉਸਦਾ ਕੋਈ ਕੰਮ ਨਹੀਂ ਬਣਿਆ। ਪਰ ਲੋਕ ਬਰੀਕੀ ਨਾਲ ਅਸਲ ਸੱਚਾਈ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਉਹ ਉੱਥੇ ਜਾ ਕੇ ਕੀ ਕਰਦੇ ਸੀ। ਜਿਹੜਾ ਬੰਦਾ ਅਸਲ ਵਿੱਚ ਸ਼ਰਧਾ ਭਾਵਨਾ ਅਤੇ ਭੈ ਵਾਲਾ ਹੁੰਦਾ ਹੈ, ਗੁਰੂ ਸਾਹਿਬ ਉਸਦਾ ਵਾਲ ਵੀ ਵਿੰਗਾ ਨਹੀਂ ਹੋਣ ਦਿੰਦੇ। ਗੁਰੂ ਸਾਹਿਬ ਇਮਤਿਹਾਨ ਤਾਂ ਜ਼ਰੂਰ ਲੈਂਦੇ ਹਨ, ਪਰ ਅੰਦਰੋਂ ਰੱਖੇ ਹੱਥ ਅਤੇ ਉੱਤੋਂ ਮਾਰੇ ਚੋਟ ਵਾਲੀ ਗੱਲ ਹੁੰਦੀ ਹੈ। ਗੁਰੂ ਘਰ ਜਾਓ ਪਰ ਭੈ ਭਰੋਸਾ ਭਾਵਨਾ ਅਤੇ ਸ਼ਰਧਾ ਅਤੇ ਵਿਸ਼ਵਾਸ ਨਾਲ ਜਾਓ। ਇਹ ਨਾ ਸਮਝਿਓ ਕਿ ਉੱਥੇ ਤਾਂ ਕਾਗਜ਼ ਦਾ ਗ੍ਰੰਥ ਪਿਆ ਹੈ, ਉਸਨੇ ਕਿਹੜਾ ਕੁਝ ਕਹਿਣਾ ਹੈ। ਇਸ ਤਰ੍ਹਾਂ ਸੋਚਣ ਵਾਲੇ ਲੋਕ ਮਿੱਟੀ ਵਿੱਚ ਮਿਲ ਗਏ, ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ। ਉਸਦੇ ਘਰ ਦੇਰ ਹੈ, ਅੰਧੇਰ ਨਹੀਂ। ਗੁਰੂ ਘਰ ਕੋਈ ਵੀ ਹੋਵੇ, ਉੱਥੇ ਭੈ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਇਹ ਨਾ ਸੋਚੋ ਕਿ ਸਾਨੂੰ ਕਿਹੜਾ ਕੋਈ ਦੇਖ ਰਿਹਾ ਹੈ, ਪਰ ਉਹ ਉੱਪਰ ਬੈਠਾ ਸਭ ਕੁਝ ਦੇਖ ਰਿਹਾ ਹੈ। ਜਦੋਂ ਉਹ ਹਿਸਾਬ ਕਿਤਾਬ ਕਰਦਾ ਹੈ ਤਾਂ ਕਿਸੇ ਨੂੰ ਬਖਸ਼ਦਾ ਨਹੀਂ। ਕਈ ਮੂਰਖ ਬੰਦੇ ਜਿਨ੍ਹਾਂ ਨੇ ਸੁਧਰਨਾ ਨਹੀਂ, ਉਹ ਕਮੈਂਟ ਕਰਕੇ ਕਹਿੰਦੇ ਹਨ ਕਿ ਤੁਸੀਂ ਤਾਂ ਲੋਕਾਂ ਨੂੰ ਡਰਾ ਡਰਾ ਕੇ ਗੁਰੂ ਘਰ ਜਾਣ ਤੋਂ ਹਟਾ ਦੇਣਾ ਹੈ, ਪਰ ਪੁੱਠੇ ਕੰਮ ਕਰਨ ਵਾਲਿਆਂ ਦੀ ਗੁਰੂ ਘਰ ਵਿੱਚ ਕੋਈ ਲੋੜ ਨਹੀਂ ਹੈ। ਜਿਨ੍ਹਾਂ ਨੇ ਮਾੜੀ ਨਿਗਾਹ ਨਾਲ ਸੰਗਤ ਵੱਲ ਦੇਖਣਾ ਹੈ, ਇਸ ਵਿੱਚ ਤੁਹਾਡੀ ਹੀ ਸੇਫਟੀ ਹੈ। ਗੁਰੂ ਸਾਹਿਬਾਂ ਦੀ ਕਰੋਪੀ ਲੈਣ ਨਾਲ ਸਜ਼ਾ ਹੀ ਮਿਲਦੀ ਹੈ। ਕੋਈ ਵੀ ਹੋਵੇ, ਭਾਵੇਂ ਬੰਦਾ ਹੈ ਭਾਵੇਂ ਬੀਬੀ ਹੈ,
ਭਾਵੇਂ ਪਾਠੀ ਹੈ, ਭਾਵੇਂ ਗ੍ਰੰਥੀ ਹੈ, ਭਾਵੇਂ ਕਥਾਵਾਚਕ ਹੈ, ਇਹ ਗੱਲ ਸਾਰਿਆਂ ਦੇ ਉੱਪਰ ਹੀ ਲਾਗੂ ਹੁੰਦੀ ਹੈ। ਜਿਹੜਾ ਬੰਦਾ ਗੁਰੂ ਘਰ ਜਾ ਕੇ ਸ਼ਰਮ ਨਹੀਂ ਮੰਨਦਾ, ਉਸਦੇ ਕਰਮ ਨਹੀਂ ਬਣਦੇ। ਇਸ ਕਰਕੇ ਗੁਰੂ ਘਰ ਜਾਓ, ਪਰ ਉੱਥੇ ਭੈ ਭਾਵਨਾ ਅਤੇ ਸ਼ਰਧਾ ਦੇ ਨਾਲ ਜਾਓ, ਉੱਥੇ ਜਾ ਕੇ ਸੇਵਾ ਸਿਮਰਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।